ਅਤੇ ਅੱਜ ਅਸੀਂ ਦਿਲਰੁਬਾ ਦਾ ਨੈਕਸਟ ਲੈਸਨ ਲੈਸਨ ਨੰਬਰ 5 ਉਹਦੇ ਵਿੱਚ ਆਪਾਂ ਨੈਕਸਟ ਸਰਗਮ ਦਿਲਰੁਬਾ ਦੀ ਸਿੱਖਾਂਗੇ। ਇਸ ਸਰਗਮ ਵਿੱਚ ਆਪਾਂ ਸਿਰਫ ਮਿਡਲ ਫਿੰਗਰ ਇਸ ਦੂਸਰੀ ਫਿੰਗਰ ਨੂੰ ਹੀ ਯੂਜ਼ ਕਰਨਾ ਅਤੇ ਸਰਗਮ ਸਾਗਾ ਰੇਗਾ ਰੇਮਾ ਗਾਮਾ ਗਾ ਪਾ ਮਾ ਪਾ ਪਹਿਲਾਂ ਆਪਾਂ ਸਰਗਮ ਨੂੰ ਸ਼ੁੱਧ ਨੋਟਸ ਜਿਹੜੇ ਰੈਗੂਲਰ ਨੋਟਸ ਹੈਗੇ ਉਹਨਾਂ 'ਤੇ ਤੁਸੀਂ ਪ੍ਰੈਕਟਿਸ ਕਰਨੀ ਆ। ਮੈਂ ਤੁਹਾਨੂੰ ਵਜਾ ਕੇ ਦਿਖਾਉਂਦਾ, ਤੁਸੀਂ ਇਹ ਸਰਗਮ ਨੂੰ ਨਾਲ ਦੀ ਨਾਲ ਸਕਰੀਨ 'ਤੇ ਪੜ੍ਹ ਵੀ ਸਕਦੇ ਹੋ। ਨੈਕਸਟ 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 ਉਸ ਤੋਂ ਬਾਅਦ ਇਸੇ ਤਰ੍ਹਾਂ ਆਪਾਂ ਡਿਸੈਂਡਿੰਗ ਸਾ ਧਾ ਨੀ ਧਾ ਨੀ ਪਾ ਧਾ ਪਾ ਫਿਰ ਇਸ ਤੋਂ ਬਾਅਦ ਫਿਰ ਆਪਾਂ ਹੌਲੀ ਹੌਲੀ ਪਹਿਲਾਂ ਸਰਗਮ ਦੀ ਪ੍ਰੈਕਟਿਸ ਕਰਨੀ ਹੈ। ਹੁਣ ਮੈਂ ਤੁਹਾਨੂੰ ਰੁਕ ਰੁਕ ਕੇ ਵਜਾ ਕੇ ਦਿਖਾਇਆ, ਪਰ ਤੁਸੀਂ ਲਗਾਤਾਰ ਕੰਟੀਨਿਊਸਲੀ ਗਜ਼ ਨੂੰ ਰੋਕਣਾ ਨਹੀਂ ਹੈਗਾ ਬਿਲਕੁਲ ਵੀ। ਗਜ਼ ਸਾਡਾ ਇਸ ਤਰ੍ਹਾਂ ਚੱਲਦਾ ਰਹਿਣਾ ਚਾਹੀਦਾ, ਗਜ਼ ਨੂੰ ਰੋਕਣਾ ਨਹੀਂ ਗਾ ਬਿਲਕੁਲ ਜਾਣ ਲੱਗੇ। ਹੁਣ ਡਿਸੈਂਡਿੰਗ ਇਸ ਸਰਗ ਨੂੰ ਆਪਾਂ ਅੱਗੇ ਕਿਸ ਤਰ੍ਹਾਂ ਵਜਾਉਣਾ, ਸਾਗਾ ਰੇਗਾ ਰੇਗਾ ਰੇਗਾ। ਸੋ ਰੇਗਾ ਰੇਗਾ 3 ਟਾਈਮਸ ਕਰ ਦੇਣਾ। ਇਸੇ ਤਰ੍ਹਾਂ ਡਿਸੈਂਡਿੰਗ ਤੇ ਇਸ ਸਰਗਮ ਦੀ ਪ੍ਰੈਕਟਿਸ ਘੱਟੋ ਘੱਟ 15-20 ਦਿਨ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ। ਫਿਰ ਇਹਦੀ ਪਹਿਲਾਂ ਹੌਲੀ ਹੌਲੀ ਵਜਾਉਣੀ ਹੈ, ਫਿਰ ਇਸ ਤੋਂ ਬਾਅਦ ਇਹਦੀ ਆਪਾਂ ਸਪੀਡ ਜਿਹੜੀ ਆ ਉਹ ਤੇਜ਼ ਕਰਨੀ ਹੈ। ਫਿਰ ਇਸ ਸਰਗਮ ਨੂੰ ਤੁਸੀਂ ਡਿਸੈਂਡਿੰਗ ਦੇ ਵਿੱਚ ਵਜਾਉਣਾ ਇਸੇ ਸਪੀਡ ਵਿੱਚ। ਫਿਰ ਜਿੰਨਾ ਤੁਹਾਡਾ ਰਿਆਜ਼ ਹੋ ਪ੍ਰੈਕਟਿਸ ਹੋਊਗੀ ਉਹਨਾਂ ਤੁਸੀਂ ਤੇਜ਼ ਕਰ ਸਕਦੇ ਹੋ। ਇਸ ਸਰਗਮ ਨਾਲ ਤੁਸੀਂ ਆਪਣਾ ਹੱਥ ਦਿਲਰੁਬਾ 'ਤੇ ਕਾਫੀ ਇੰਪਰੂਵ ਕਰ ਸਕਦੇ ਹੋ, ਕਾਫੀ ਜ਼ਿਆਦਾ ਤਿਆਰ ਹੋ ਸਕਦਾ ਜੇ ਤੁਸੀਂ ਇਸ ਸਰਗਮ ਦੀ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰੋਗੇ। ਅੱਜ ਲਈ ਇੰਨਾ ਹੀ, ਮਿਲਦੇ ਨੈਕਸਟ ਲੈਸਨ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।